ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਮਹਾਨ ਅਤੇ ਪਾਵਨ ਪਵਿੱਤਰ ਪਰਬ ਮੇਰੀ ਪ੍ਰੀ ਦਿਵਸ ਹੈ। ਮੈਂ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ, ਸਮੁੱਚੇ ਗੁਰੂ ਖਾਲਸਾ ਪੰਥ ਨੂੰ ਮੇਰੀ ਪ੍ਰੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ। ਸਿੱਖ ਧਰਮ ਦੇ ਵਿੱਚ ਬੜੇ ਪਿਆਰੇ ਸੰਕਲਪ ਨੇ ਜਿਹੜੇ ਦਵੰਦ ਨੂੰ ਦਰਸਾਉਂਦੇ ਨੇ ਔਰ ਇੱਕ ਦੂਸਰੇ ਦੇ ਪੂਰਕ ਨੇ, ਜਿਵੇਂ ਦੇਗ ਅਤੇ ਤੇਗ, ਸੰਤ ਅਤੇ ਸਿਪਾਹੀ, ਮੀਰੀ ਅਤੇ ਪੀਰੀ, ਧਰਮ ਅਤੇ ਰਾਜਨੀਤੀ। ਅੱਜ ਦੇ ਦਿਨ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦੋ ਤਲਵਾਰਾਂ ਧਾਰਨ ਕੀਤੀਆਂ, ਇੱਕ ਪੀਰੀ ਦੀ ਜਿਹੜੀ ਧਰਮ ਦੀ ਪ੍ਰਤੀਨਿਧਤਾ ਕਰਦੀ ਸੀ ਅਤੇ ਦੂਸਰੀ ਮੀਰੀ ਦੀ ਜਿਹੜੀ ਰਾਜ ਦੀ ਪ੍ਰਤੀਨਿਧਤਾ ਕਰਦੀ ਸੀ। ਧਰਮ ਅਤੇ ਰਾਜਨੀਤੀ ਦਾ ਸੁਮੇਲ ਵੀ ਸਾਡੇ ਧਰਮ ਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਮਿਲਦਾ, ਪਰ ਧਰਮ ਜਿਹੜਾ ਉਹ ਅਸਵਾਰ ਦੀ ਨਿਆਈ ਹੈ ਔਰ ਰਾਜਨੀਤੀ ਜਿਹੜੀ ਹੈ ਉਹ ਕੌੜੀ ਦੀ ਨਿਆਈ ਹੈ। ਧਰਮ ਦੇ ਉੱਤੇ ਰਾਜਨੀਤੀ ਹਾਵੀ ਨਹੀਂ ਹੋਣੀ ਚਾਹੀਦੀ। ਰਾਜਨੀਤੀ ਧਰਮ ਨੂੰ ਪ੍ਰਫੁੱਲਤ ਕਰਨ ਦੇ ਲਈ, ਲੋਕ ਭਲਾਈ ਦੇ ਕਾਰਜਾਂ ਲਈ ਇਸਤੇਮਾਲ ਹੋਣੀ ਚਾਹੀਦੀ ਹੈ। ਇਹੋ ਹੀ ਸਿੱਖ ਧਰਮ ਦੇ ਵਿੱਚ ਧਰਮ ਅਤੇ ਰਾਜਨੀਤੀ ਦਾ ਸੱਚਾ ਅਤੇ ਸੁੱਚਾ ਸੰਕਲਪ ਹੈ। ਬੇਗਮਪੁਰੇ ਦੀ ਸਿਰਜਣਾ ਰਾਜ ਦੇ ਅੰਦਰ ਹੋਵੇ, ਇਹ ਸਿੱਖ ਧਰਮ ਦੇ ਫਲਸਫੇ ਦਾ ਇੱਕ ਪਿਆਰਾ ਅਤੇ ਸੱਚਾ ਸੰਕਲਪ ਹੈ। ਮੈਂ ਮੇਰੀ ਪੀਰੀ ਦਿਵਸ ਦੀਆਂ ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਨੂੰ ਬਹੁਤ 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 ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।